ओके जी, ਸਤਿ ਸ੍ਰੀ ਅਕਾਲ ਜੀ। ਆਪਣੇ ਵਾਅਦੇ ਅਨੁਸਾਰ ਦੋ ਮੁੰਡੇ ਸੁਖ ਤਾਂ ਗੁਰਪ੍ਰੀਤ, ਦੋਨਾਂ ਨੂੰ ਮੈਂ ਤੁਹਾਡੇ ਸਾਹਮਣੇ ਬਹੁਤ ਜਲਦੀ ਲੈ ਕੇ ਆ ਰਿਹਾ ਹਾਂ ਇੱਕ ਵਧੀਆ ਟਰੈਕ ਦੇ ਨਾਲ। ਟਰੈਕ ਦਾ ਨਾਮ ਤੁਹਾਡੇ ਨਾਲ ਦੱਸ ਦਿੰਦੇ ਹਾਂ, ਕਿਉਂਕਿ ਟਰੈਕ ਦਾ ਨਾਮ ਹੀ ਤੁਹਾਡੇ ਸ਼ੇਅਰ ਕਰ ਰਿਹਾ, ਕਿਉਂਕਿ ਪੂਰਾ ਗਾਣਾ ਸ਼ੇਅਰ ਨਹੀਂ ਕਰ ਸਕਦੇ। ਟਰੈਕ ਦਾ ਨਾਮ ਹੈ ਮਾਂ ਬੋਲੀ, ਕਿਉਂਕਿ ਜੋ ਮੇਰਾ ਮੋਟਿਵ ਹੈ ਕਿ ਪੰਜਾਬ ਦਾ ਸੱਭਿਆਚਾਰ ਮੀਨ ਪੰਜਾਬ ਦਾ ਸੱਭਿਆਚਾਰ, ਇਸ ਕਰਕੇ ਪੁਰਾਣੀ ਗੱਲਾਂ ਕਰਾਂਗੇ, ਉਹ 'ਚ ਗੱਲਾਂ ਹੋਣਗੀਆਂ ਅੱਜ ਦੀਆਂ, ਪਰ ਜੋ ਅਲੋਪ ਹੁੰਦਾ ਜਾ ਰਿਹਾ ਆ ਸਾਡੀ ਬੋਲੀ, ਸਾਡਾ ਖਾਣਾ ਔਰ ਸਾਡਾ ਆਚਰਨ। ਇਹ ਮੁੰਡਿਆਂ ਲਈ ਦੇ ਨਾਲ ਲੈ ਕੇ ਮੈਂ ਟਰੈਕ ਲੈ ਕੇ ਆ ਰਿਹਾ ਪੰਜਾਬੀ ਬੋਲੀ। ਉਮੀਦ ਹੈ ਤੁਹਾਨੂੰ ਇਸੇ ਮਹੀਨੇ ਫਰਵਰੀ ਦੇ ਮਹੀਨੇ 'ਚ, ਆਉਣ ਵਾਲੇ ਮਹੀਨੇ ਵਿੱਚ ਅਸੀਂ ਮਿਡ ਵਿੱਚ ਇਹ ਟਰੈਕ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਮੈਂ ਆਪਣਾ ਵਾਅਦਾ ਪੂਰਾ ਕਰ ਰਿਹਾ, ਮੈਂ ਆਪਣੇ ਮੇਰੇ ਹੱਥ ਜੋ ਹੈ ਮੈਂ ਉਸ ਦੇ ਅਕੋਰਡਿੰਗ ਇਹਨਾਂ ਨੂੰ ਅੱਗੇ ਲੈ ਕੇ ਆ ਰਿਹਾ। ਬਾਕੀ ਜਿਹੜੇ ਸੱਭਿਆਚਾਰ ਨੂੰ ਰੋਂਦੇ ਆ ਨਾ, ਜਾਂ ਸੱਭਿਆਚਾਰ ਦੀ ਗੱਲ ਕਰਦੇ ਆ, ਜਿਹੜੇ ਕਹਿੰਦੇ ਆ ਕਿ ਸੱਭਿਆਚਾਰ ਵਧੀਆ ਹੋਣਾ ਚਾਹੀਦਾ ਆ ਜਾਂ ਗਾਣੇ ਵਧੀਆ ਆਉਣੇ ਚਾਹੀਦੇ ਆ, ਉਹ ਦੋਨਾਂ ਮੁੰਡਿਆਂ ਨੂੰ ਸ਼ੇਅਰ ਜ਼ਰੂਰ ਕਰਿਓ। ਮੈਂ ਕੱਲ੍ਹ ਇਹ ਮੁੰਡੇ ਦੀ ਵੀਡੀਓ ਅਪਲੋਡ ਕਰਨ ਲੱਗੇ ਜਾ ਰਿਹਾ ਜਿਹੜਾ ਇਹਨੇ ਗਾਣਾ ਗਾਇਆ। ਨਾਲ ਦੇ ਨਾਲ ਇਹਦਾ ਤਾਂ ਗਾਣਾ ਤੁਹਾਡੇ ਸਾਹਮਣੇ ਆ ਹੀ ਚੁੱਕਿਆ, ਮੁੰਡਾ ਕਿੱਦਾਂ ਆਇਆ। ਉਹਨਾਂ ਨੂੰ ਖੁੱਲ੍ਹਾ ਸੱਦਾ, ਜਿਹੜੇ ਅੱਛੇ ਕਲਾਕਾਰ, ਅੱਛੇ ਰਾਈਟਰ, ਅੱਛੇ ਐਕਟਰ ਆ, ਜੋ ਜਿਨ੍ਹਾਂ ਦਾ ਕੋਈ ਹੱਥ ਨਹੀਂ ਫੜ ਰਿਹਾ। ਮੈਂ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਬੰਦਾ ਹਾਂ, ਮੈਂ ਬਹੁਤ ਵੱਡਾ ਡਾਇਰੈਕਟਰ ਹਾਂ, ਮੈਂ ਬਹੁਤ ਵੱਡਾ ਪ੍ਰੋਡਿਊਸਰ ਹਾਂ। ਮੇਰਾ ਜਿੰਨਾ ਹੱਥ ਵਾਸ ਆ, ਜਿੰਨਾ ਮੈਨੂੰ ਰੱਬ ਨੇ ਤੋਫੀਕ ਦਿੱਤੀ ਆ, ਉਨਾ ਮੈਂ ਲੋਕਾਂ ਦੀ ਮਦਦ ਕਰ ਰਿਹਾ, ਉਨਾ ਮੈਂ ਆਰਟਿਸਟ, ਉਨਾ ਮੈਂ ਕਲਾਕਾਰਾਂ ਦੀ ਮਦਦ ਕਰ ਰਿਹਾ ਹਾਂ, ਤਾਂ ਕਿ ਪੰਜਾਬ ਵਿੱਚ ਇੱਕ ਸੱਚੀ ਕਲਾ ਨਾ ਮਰੇ। ਇਹੀ ਮੇਰਾ ਮੋਟਿਵ ਹੈ, ਇਹੀ ਮੇਰਾ ਉਦੇਸ਼ ਹੈ। ਅਸੀਂ ਇਸ ਪੰਜਾਬੀ ਇੰਡਸਟਰੀ ਜੋ ਕਿ ਇੱਕ ਮਨੀ ਮਾਈਂਡਡ ਹੋ ਚੁੱਕੀ ਹੈ, ਸਿਰਫ ਜਿਨ੍ਹਾਂ ਕੋਲ ਪੈਸਾ ਹੈਗਾ ਆ ਉਹੀ ਅੱਗੇ ਆ ਰਹੇ ਨੇ, ਇੱਦਾਂ ਨਹੀਂ ਹੋਣਾ ਚਾਹੀਦਾ। ਇੱਕ ਮੈਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਆਪਣੇ ਕਾਰਗੁਜ਼ਾਰੀ ਨਾਲ, ਕਿ ਕਲਾ ਅੱਗੇ ਆਉਣੀ ਚਾਹੀਦੀ ਹੈ, ਨਾ ਕਿ ਪੈਸਾ ਲਾਉਣ ਵਾਲਾ ਅੱਗੇ ਆਉਣਾ ਚਾਹੀਦਾ। ਬਹੁਤ ਬਹੁਤ ਧੰਨਵਾਦ।